ਆਖਿਰਕਾਰ ਪੁਲਿਸ ਨੇ ਲੱਭ ਹੀ ਲਿਆਂਦੀ ਦਿੱਲੀ ਦੇ ਨੇਤਾ ਜੀ ਦੀ ਗੱਡੀ। 9 ਸ਼ਹਿਰਾਂ ਦੇ ਵਿੱਚ ਪੁਲਿਸ ਨੇ ਰੇਡ ਮਾਰੀ ਆ, ਜਿਸ ਤੋਂ ਬਾਅਦ ਗੱਡੀ ਨੂੰ ਬਰਾਮਦ ਕਰ ਲਿਆ ਗਿਆ ਹੈ। ਚਿੱਟੇ ਰੰਗ ਦੀ ਫੋਰਚੂਨਰ, ਜਿਸ ਦੀ ਨਾਗਾਲੈਂਡ ਭੇਜਣ ਦੀ ਤਿਆਰੀ ਹੋ ਗਈ ਸੀ, ਚੋਰਾਂ ਨੇ ਇਸ ਨੂੰ ਨਾਗਾਲੈਂਡ ਭੇਜ ਦੇਣਾ ਸੀ, ਜਿੱਥੇ ਅੱਡ ਅੱਡ ਇਸ ਦੇ ਜਿਹੜੇ ਪਾਰਟ ਸੀ, ਪੁਰਜੇ ਸੀ, ਉਹ ਵਿਕ ਜਾਣੇ ਸੀ। ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਰੇਡ ਮਾਰ ਕੇ ਚੋਰਾਂ ਨੂੰ ਵੀ ਕਾਬੂ ਕਰ ਲਿਆ ਅਤੇ ਗੱਡੀ ਵੀ ਬਰਾਮਦ ਕਰ ਲਈ ਹੈ। ਤਾਂ ਦੱਸ ਦਈਏ ਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਵੱਡਾ ਨਾਂ ਹੈ, ਜੇਪੀ ਨੱਡਾ ਦੀ ਗੱਡੀ 19 ਮਾਰਚ ਦੀ ਰਾਤ ਨੂੰ ਚੋਰੀ ਹੋ ਗਈ ਸੀ, ਜਿਸ ਤੋਂ ਬਾਅਦ ਲਗਾਤਾਰ ਪੁਲਿਸ ਨੂੰ ਹੁਕਮ ਜਾਰੀ ਕੀਤੇ ਗਏ ਸੀ ਕਿ ਗੱਡੀ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ। ਤਾਂ ਪੁਲਿਸ ਨੂੰ ਫਿਰ ਵੀ ਕਾਫੀ ਸਮਾਂ ਲੱਗ ਗਿਆ, ਪਰ ਪੁਲਿਸ ਨੇ ਲੱਭ ਹੀ ਲਿਆਂਦੀ ਨੇਤਾ ਜੀ ਦੀ ਗੱਡੀ। ਤਾਂ ਪੁਲਿਸ ਨੇ 2 ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਦਿੱਲੀ ਦੇ ਗੋਬਿੰਦਪੁਰੇ ਇਲਾਕੇ ਦੇ ਵਿੱਚੋਂ ਇਹ ਗੱਡੀ ਚੋਰੀ ਹੋਈ ਸੀ। ਕਰੀਬ 9 ਸ਼ਹਿਰਾਂ ਦੇ ਵਿੱਚ ਇਸ ਗੱਡੀ ਨੂੰ ਲੱਭਣ ਦੇ ਲਈ ਰੇਡ ਕੀਤੀ ਗਈ। 18 ਤੋਂ 19 ਮਾਰਚ ਦੀ ਰਾਤ ਨੂੰ ਇਹ ਫੋਰਚੂਨਰ ਗੱਡੀ ਚੋਰੀ ਹੋਈ ਸੀ, ਜਿਸ ਤੋਂ ਬਾਅਦ ਚੋਰਾਂ ਨੇ ਇਸ ਨੂੰ ਚੋਰੀ ਕਰਕੇ ਲੁਕੋ ਦਿੱਤਾ ਸੀ ਅਤੇ ਇਸ ਨੂੰ ਹੁਣ ਨਾਗਾਲੈਂਡ ਭੇਜਣ ਦੀ ਤਿਆਰੀ ਸੀ। ਤਾਂ ਜੇਪੀ ਨੱਡਾ ਦੀ ਪਤਨੀ ਦੇ ਨਾਮ 'ਤੇ ਰਜਿਸਟਰਡ ਸੀਗੀ ਗੱਡੀ। ਲਗਾਤਾਰ ਅਸੀਂ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਗੱਡੀ ਦੀਆਂ, ਹਿਮਾਚਲ ਨੰਬਰ ਹੈ ਗੱਡੀ ਦਾ, ਹਿਮਾਚਲ ਪ੍ਰਦੇਸ਼ ਦਾ। ਤਾਂ ਜੇਪੀ ਨੱਡਾ ਦੀ ਗੱਡੀ ਜਿਹੜੀ ਚੋਰੀ ਹੋਈ ਸੀ, ਹੁਣ ਗ੍ਰਿਫਤਾਰ ਕਰ ਲਈ ਗਈ ਹੈ। ਤਾਂ ਦੱਸ ਦਈਏ ਕਿ ਸ਼ਾਹਿਦ ਅਤੇ ਸ਼ਿਵਾਂਗ ਤ੍ਰਿਪਾਠੀ, ਇਹ 2 ਨਾਮ ਸਾਹਮਣੇ ਆ ਰਹੇ ਨੇ ਚੋਰਾਂ ਦੇ। ਇਹਨਾਂ ਦੇ ਵੱਲੋਂ ਜੇਪੀ ਨੱਡਾ ਯਾਨੀ ਕਿ ਬੀਜੇਪੀ ਦੇ ਨੇਤਾ ਜੀ ਦੀ ਗੱਡੀ ਚੋਰੀ ਕੀਤੀ ਗਈ ਸੀ। ਆਖਿਰਕਾਰ ਪੁਲਿਸ ਨੇ ਲੱਭ ਹੀ ਲਿਆਂਦੀ ਦਿੱਲੀ ਦੇ ਨੇਤਾ ਜੀ ਦੀ ਗੱਡੀ। 9 ਸ਼ਹਿਰਾਂ ਦੇ ਵਿੱਚ ਪੁਲਿਸ ਨੇ ਰੇਡ ਮਾਰੀ ਆ, ਜਿਸ ਤੋਂ ਬਾਅਦ ਗੱਡੀ ਨੂੰ ਬਰਾਮਦ ਕਰ ਲਿਆ ਗਿਆ ਹੈ। ਚਿੱਟੇ ਰੰਗ ਦੀ ਫੋਰਚੂਨਰ, ਜਿਸ ਦੀ ਨਾਗਾਲੈਂਡ ਭੇਜਣ ਦੀ ਤਿਆਰੀ ਹੋ ਗਈ ਸੀ, ਚੋਰਾਂ ਨੇ ਇਸ ਨੂੰ ਨਾਗਾਲੈਂਡ ਭੇਜ ਦੇਣਾ ਸੀ, ਜਿੱਥੇ ਅੱਡ ਅੱਡ ਇਸ ਦੇ ਜਿਹੜੇ ਪਾਰਟ ਸੀ, ਪੁਰਜੇ ਸੀ, ਉਹ ਵਿਕ ਜਾਣੇ ਸੀ। ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਰੇਡ ਮਾਰ ਕੇ ਚੋਰਾਂ ਨੂੰ ਵੀ ਕਾਬੂ ਕਰ ਲਿਆ ਅਤੇ ਗੱਡੀ ਵੀ ਬਰਾਮਦ ਕਰ ਲਈ ਹੈ। ਤਾਂ ਦੱਸ ਦਈਏ ਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਵੱਡਾ ਨਾਂ ਹੈ, ਜੇਪੀ ਨੱਡਾ ਦੀ ਗੱਡੀ 19 ਮਾਰਚ ਦੀ ਰਾਤ ਨੂੰ ਚੋਰੀ ਹੋ ਗਈ ਸੀ, ਜਿਸ ਤੋਂ ਬਾਅਦ ਲਗਾਤਾਰ ਪੁਲਿਸ ਨੂੰ ਹੁਕਮ ਜਾਰੀ ਕੀਤੇ ਗਏ ਸੀ ਕਿ ਗੱਡੀ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ। ਤਾਂ ਪੁਲਿਸ ਨੂੰ ਫਿਰ ਵੀ ਕਾਫੀ ਸਮਾਂ ਲੱਗ ਗਿਆ, ਪਰ ਪੁਲਿਸ ਨੇ ਲੱਭ ਹੀ ਲਿਆਂਦੀ ਨੇਤਾ ਜੀ ਦੀ ਗੱਡੀ। ਤਾਂ ਪੁਲਿਸ ਨੇ 2 ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਦਿੱਲੀ ਦੇ ਗੋਬਿੰਦਪੁਰੇ ਇਲਾਕੇ ਦੇ ਵਿੱਚੋਂ ਇਹ ਗੱਡੀ ਚੋਰੀ ਹੋਈ ਸੀ। ਕਰੀਬ 9 ਸ਼ਹਿਰਾਂ ਦੇ ਵਿੱਚ ਇਸ ਗੱਡੀ ਨੂੰ ਲੱਭਣ ਦੇ ਲਈ ਰੇਡ ਕੀਤੀ ਗਈ। 18 ਤੋਂ 19 ਮਾਰਚ ਦੀ ਰਾਤ ਨੂੰ ਇਹ ਫੋਰਚੂਨਰ ਗੱਡੀ ਚੋਰੀ ਹੋਈ ਸੀ, ਜਿਸ ਤੋਂ ਬਾਅਦ ਚੋਰਾਂ ਨੇ ਇਸ ਨੂੰ ਚੋਰੀ ਕਰਕੇ ਲੁਕੋ ਦਿੱਤਾ ਸੀ ਅਤੇ ਇਸ ਨੂੰ ਹੁਣ ਨਾਗਾਲੈਂਡ ਭੇਜਣ ਦੀ ਤਿਆਰੀ ਸੀ। ਤਾਂ ਜੇਪੀ ਨੱਡਾ ਦੀ ਪਤਨੀ ਦੇ ਨਾਮ 'ਤੇ ਰਜਿਸਟਰਡ ਸੀਗੀ ਗੱਡੀ। ਲਗਾਤਾਰ ਅਸੀਂ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਗੱਡੀ ਦੀਆਂ, ਹਿਮਾਚਲ ਨੰਬਰ ਹੈ ਗੱਡੀ ਦਾ, ਹਿਮਾਚਲ ਪ੍ਰਦੇਸ਼ ਦਾ। ਤਾਂ ਜੇਪੀ ਨੱਡਾ ਦੀ ਗੱਡੀ ਜਿਹੜੀ ਚੋਰੀ ਹੋਈ ਸੀ, ਹੁਣ ਗ੍ਰਿਫਤਾਰ ਕਰ ਲਈ ਗਈ ਹੈ। ਤਾਂ ਦੱਸ ਦਈਏ ਕਿ ਸ਼ਾਹਿਦ ਅਤੇ ਸ਼ਿਵਾਂਗ ਤ੍ਰਿਪਾਠੀ, ਇਹ 2 ਨਾਮ ਸਾਹਮਣੇ ਆ ਰਹੇ ਨੇ ਚੋਰਾਂ ਦੇ। ਇਹਨਾਂ ਦੇ ਵੱਲੋਂ ਜੇਪੀ ਨੱਡਾ ਯਾਨੀ ਕਿ ਬੀਜੇਪੀ ਦੇ ਨੇਤਾ ਜੀ ਦੀ ਗੱਡੀ ਚੋਰੀ ਕੀਤੀ ਗਈ ਸੀ।